ਪ੍ਰਤਾਪ ਬਾਜਪਾ ਨੇ ਕਿਹਾ ਸੀਐਮ ਭਗਵੰਤ ਮਾਨ ਨੂੰ ਕਹਿ ਦਿੱਤੀਆਂ ਨੇ ਪ੍ਰਤਾਪ ਬਾਜਪਾ ਨੇ ਸੀਐਮ ਮਾਨ ਨੂੰ ਫਟੀਆਂ ਗੱਲਾਂ ਕਿਹਾ ਅੱਜ ਪੰਜਾਬ ਦੀ ਖਜ਼ਾਨੇ ਦੀ ਵਰਭਾਤੀ ਕੀਤੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇਖਿਰਦਾਖ ਜ਼ਰੂਰ ਪਾਣੇ ਰਹੋ ਕਿਉਂਕਿ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰਾਂ ਖਾਸ ਜਾਣਕਾਰੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਨੇ ਕਿਹਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਸਦਨ ਦੀ ਕਾਰਵਾਈ ਅਚਾਨਕ ਅਣਮਿੱਥੇ ਸਮੇਂ ਦੇ ਲਈ ਮੁਅਤਲ ਕੀਤੀ ਜਾਣ ਦੀ ਨਾ ਆਮ ਆਦਮੀ ਪਾਰਟੀ ਪਾਰਟੀ ਦੀ ਇਕ ਫਾਈਲ ਪੰਜਾਬ ਸਰਕਾਰ ਨੇ ਸਵੀਕਾਰ ਕੀਤਾ ਕਿ ਸਦਨ ਦਾ ਜਿਹੜਾ ਇਜਲਾਸ ਉਹ ਗੈਰ ਕਾਨੂੰਨੀ ਸੀ ਇਸ ਤੋਂ ਪਹਿਲਾਂ ਬਾਜਬਾਨ ਨੇ ਸਪੀਕਰ ਨੂੰ ਸੰਪਸ਼ਟ ਕਰਨ ਦੇ ਲਈ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਫਾਰੀ ਲਾਲ ਪ੍ਰੋਹੀ ਦੇ ਇਤਰਾਜ਼ ਤੋਂ ਬਾਅਦ ਸ਼ੁਰੂ ਹੋਇਆ ਦੋ ਰੋਜ਼ਾ ਵਿਧਾਨ ਸਭਾ ਇਜਲਾਸ ਗੈਰ ਕਾਨੂੰਨੀ ਸੀ ਬਾਜਬਾਨ ਨੇ ਸਦਨ ਦੇ ਇਜਲਾਸ ਨੂੰ ਵਿਅਰਥ ਤੇ ਪੰਜਾਬ ਦੇ ਖਜ਼ਾਨੇ ਦੀ ਪੂਰੀ ਬਰਬਾਦੀ ਕਰਾਰ ਦਿੱਤਾ ਸੀਨੀਅਰ ਕਾਂਗਰਸੀ ਆਗੂ ਬਾਜਬਾਨ ਨੇ ਕਿਹਾ ਕਿ ਆਪ ਸਰਕਾਰ ਹੁਣ ਰਾਜਪਾਲ ਦੇ ਉਸ ਪੱਤਰ ਜਿਸ ਦੇ ਵਿੱਚ ਉਹਨਾਂ ਨੇ ਇਜਲਾਸ ਨੂੰ ਗੈਰ ਕਾਨੂੰਨੀ ਕਰਾਰ ਤਿੱਤਸ ਦੀ ਅਤੇ ਉਸ ਨੇ ਫਿਰ ਉੱਪਰ ਸੁਪਰੀਮ ਕੋਰਟ ਜਾਣ ਦੀ ਯੋਜਨਾ ਬਣਾ ਰਿਆ ਸੀ ਜੇ ਇਸ ਨੇ ਇਸ ਮੁੱਦੇ ਨੂੰ ਸੁਪਰੀਮ ਕੋਰਟ ਦੇ ਵਿੱਚ ਲਿਜਾਣਾ ਸੀ ਤਾਂ ਇਸ ਨੇ ਸਦਨ ਦਾ ਇਜਲਾਸ ਕਿਉਂ ਬੁਲਾਇਆ ਉਹਨਾਂ ਨੇ ਕਿਹਾ ਅਸੀਂ ਸਦਨ ਦੀ ਇਜਲਾਸ ਦਾ ਬਾਈਕਾਟ ਨਹੀਂ ਕੀਤਾ ਕਿਉਂਕਿ ਅਸੀਂ ਪੰਜਾਬ ਦੇ ਨਾਲ ਜੁੜੇ ਮੁੱਦਿਆਂ ਤੇ ਉਸਾਰੂ ਚਰਚਾ ਦੀ ਉਮੀਦ ਕਰ ਰਹੀ ਸੀ ਬਾਜਪਾ ਨੇ ਕਿਹਾ ਪੰਜਾਬ ਦੇ ਸੀਐਮ ਆਨ ਭਗਵੰਤ ਮਾਨ ਨੇ ਅਜੇ ਤੱਕ ਐਸਵਾਈਐਲ ਨਹਿਰ ਸਰਵੇਖਣ ਤੇ ਆਪਣੀ ਸਰਕਾਰ ਦਾ ਸਟੈਂਡ ਫਾਸਟ ਨਹੀਂ ਕੀਤਾ ਉਹਨਾਂ ਇਹ ਵੀ ਕਿਹਾ ਕਿ ਹਾਲ ਹੀ ਦੇ ਵਿੱਚ ਆਪ ਸਰਕਾਰ ਤੇ ਵੱਲੋਂ ਕੀਤੀਆਂ ਗਈਆਂ ਕੁਝ ਕਾਰ ਆ ਗਿਆ ਪੰਜਾਬ ਦੀ ਨਾਲ ਗਦਾਰੀ ਸਾਬਿਤ ਹੋਈਆਂ ਨੇ ਗੱਲਬਾਤ ਦੇ ਦੌਰਾਨ ਪੰਜਾਬ ਤੋਂ ਆਦੇ ਰਾਜ ਸਵਾ ਮੈਂਬਰ ਸੰਦੀਪ ਪਾਠਕ ਨੇ ਸਤਲੁਜ ਜਮਨਾ ਲਿੰਕ ਨਹਿਰ ਸਰਵੇਖਣ ਨੂੰ ਲੈ ਕੇ ਪੰਜਾਬ ਦੀ ਪਿੱਠ ਦੇ ਵਿੱਚ ਚਾਕੂ ਮਾਰਿਆ ਉਹਨਾਂ ਨੇ ਕਿਹਾ ਦਰਿਆਈ ਪਾਣੀਆਂ ਤੇ ਪੰਜਾਬ ਦੇ ਵਿਸ਼ੇਸ਼ ਅਧਿਕਾਰਾਂ ਦੀ ਮਜ਼ਬੂਤੀ ਦੇ ਨਾਲ ਰੱਖਿਆ ਕਰਨ ਦੀ ਬਜਾਈ ਪਾਠਕ ਨੇ ਹਰਿਆਣਾ ਦਾ ਪੱਖ ਲੈਂਦਿਆਂ ਦਾਵਾ ਕੀਤਾ ਆ ਕਿ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਮਿਲਣਾ ਚਾਹੀਦਾ ਬਾਜਪਾ ਨੇ ਇਸ ਮੌਕੇ ਇਹ ਵੀ ਕਹਿ ਕੇ ਕਿ ਇਸ ਤੋਂ ਪਹਿਲਾਂ ਆਪ ਯਾਨੀ ਕਿ ਪੰਜਾਬ ਸਰਕਾਰ ਨੇ ਆਪ ਹਰਿਆਣਾ ਕੋ ਮੁਹਿਮ ਕੋ ਦੇ ਚੇਅਰਮੈਨ ਡਾਕਟਰ ਅਸ਼ੋਕ ਤੰਬਰ ਸਮੇਤ ਆਪ ਹਰਿਆਣਾ ਦੇ ਅਹੁਦੇਦਾਰਾਂ ਸਤਲੁਜ ਯਮਨਾ ਲਿੰਕ ਨਹਿਰ ਤੇ ਪੰਜਾਬ ਦੇ ਵਿਰੋਧੀ ਏਜੰਟੇ ਦੀ ਦਾ ਪ੍ਰਚਾਰ ਕਰਨ ਦੇ ਲਈ ਇੱਕ ਮੰਚ ਮੁਹਿੰਗਿਆ ਕਰਵਾਇਆ ਸੀ ਕਾਦੀਆਂ ਦੇ ਵਿਧਾਇਕ ਨੇ ਕਿਹਾ ਕਿ ਹਾਲੀ ਦੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ ਦੇ ਦੌਰਾਨ ਆਪ ਸਰਕਾਰ ਨੇ ਆਪਣੀ ਵਕੀਲ ਦੇ ਰਾਹੀਂ ਐਡਵੋਕੇਟ ਜਰਨਲ ਦੇ ਦਫਤਰ ਦੇ ਫੋਲੋ ਦਿੱਤੀ ਗਈ ਬਰੀਫਿੰਗ ਦੇ ਸੰਪਰਸਥ ਤੌਰ ਤੇ ਪੰਜਾਬ ਦੇ ਵਿੱਚ ਐਸਵਾਈਐਲ ਨਹਿਰ ਪਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੁਪਰੀਮ ਕੋਰਟ ਦੇ ਵਿੱਚ ਆਪ ਸਰਕਾਰ ਦੇ ਵਕੀਲ ਨੇ ਫਿਰੋਤੀ ਪਾਰਟੀਆਂ ਤੇ ਕਿਸਾਨਾਂ ਨੂੰ ਐਸਵਾਈਐਲ ਨਹਿਰ ਸਾਰੀ ਦਾ ਫਿਰੋਧ ਕਰਨ ਦੇ ਲਈ ਜ਼ਿੰਮੇ ਉਫਾਟ ਰਾਇਆ ਸੋ ਦੱਸਦੀ ਕਿ ਅੰਮ੍ਰਿਤਸਰ ਤੋਂ ਆਪ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪਹਿਲਾਂ ਵੀ ਅਕਤੂਬਰ 2015 ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਘਾਤੀ ਤੋਂ ਪੁਲਿਸ ਕੋਲੀ ਪਾਰੀ ਤੇ ਮਾਮਲੇ ਦੇ ਵਿੱਚ ਇਨਸਾਫ ਦਿਵਾਉਣ ਦੇ ਵਿੱਚ ਅਸਫਲ ਰਹਿਣ ਦੇ ਲਈ ਆਪਦੀ ਨਿੰਦਾ ਕਰ ਚੁੱਕੇ ਨੇ ਬਾਜਬਾਨ ਕਿਹਾ ਜਿਹਾ ਜਾਪਦਾ ਹੈ ਕਿ ਆਪ ਸਰਕਾਰ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਉਠਾਏ ਕੇ ਸਵਾਲਾਂ ਦਾ ਜਵਾਬ ਦੇਣ ਤੋਂ ਵੀ ਪਾਚ ਰਹੀ ਹੈ ਸੋ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ 'ਚ ਕੀ ਮਾਮੂਲਾਂ ਦੇ ਅਤੇ ਇਸ ਤੇ ਸਰਕਾਰ ਆਪਣਾ ਕੀ ਜਵਾਬ ਦਿੰਦੀ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਹੈ ਲਾਈਕ ਸ਼ੇਅਰ ਤੇ ਕਮੈਂਟ ਤੇ ਰਹੀ ਦੱਸ ਸਕਦੇ ਹੋ